ਹਰਿਆਣਾ ਦੇ ਮੁੱਖ ਮੰਤਰੀ 2 ਦਿਨਾਂ ਵਿੱਚ ਬਣੇ ਸੁਰਖੀਆਂ ਨਿਯਮ ਨਾਇਬ ਸੈਣੀ ਦੇ ਵੱਲੋਂ ਸੂਬੇ ਦੇ ਅਪਰਾਧੀਆਂ ਨੂੰ ਕੀਤੀ ਗਈ ਅਪੀਲ ਨਿਯਮ ਹਰਿਆਣਾ ਨੇ ਕੀਤੀ ਕਿਸਾਨਾਂ ਦੇ ਉੱਤੇ ਵਿਵਾਦਿਤ ਟਿੱਪਣੀ ਹਾਲੀ ਦੇ ਵਿੱਚ ਨਵੇਂ ਬਣੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਆਪਣੇ ਬਿਆਨਾਂ ਦੇ ਕਰਕੇ ਚਰਚਾ ਵਿੱਚ ਨੇ ਤੇ ਜੇ ਦੇਖਿਆ ਜਾਵੇ ਇਸ ਤੋਂ ਪਹਿਲਾਂ ਮਨੋਹਰ ਲਾਲ ਖੱਟਰ ਦੀ ਸਰਕਾਰ ਸੀ ਪਾਦੀ ਪਾਦੀ ਸਰਕਾਰ ਸੀ ਜਦੋਂ ਮਨੋਹ ਲਾਲ ਖੱਟਰ ਹਰਿਆਣਾ ਦੇ ਸੀਐਮ ਸਨ ਤਾਂ ਉਸ ਸਮੇਂ ਦੇ ਚੱਲਦੇ ਵੀ ਭਾਜਪਾ ਦੇ ਵੱਲੋਂ ਕਿਤਰਾ ਕਿਤੇ ਬਵਾਦ ਦੇ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ ਸਨ ਕਿਸਾਨਾਂ ਦੇ ਵੱਲੋਂ ਜਿਹੜਾ ਕਿਸਾਨ ਅੰਦੋਲਨ ਦੋ ਚਲਾਇਆ ਗਿਆ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਸ਼ੰਭੂ ਖਨੌਰੀ ਤੇ ਡੱਬਾਲੀ ਬਾਰਡਰ ਦੇ ਉੱਤੇ ਖਾਸ ਤੌਰ ਦੇ ਉੱਤੇ ਚੱਲਿਆ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਮਾਮਲਾ ਬਹੁਤ ਜ਼ਿਆਦਾ ਸੰਵੇਦਨਸ਼ੀਲ ਰਿਹਾ ਤੇ ਖਨੌਰੀ ਬਾਰਡਰ ਦੇ ਵੀ ਹਾਲਾਤ ਕੁਝ ਐਹੋ ਜਿਹੇ ਸਨ ਤੈਸ ਤੋਂ ਸਭ ਦੇ ਚੱਲਦੇ ਉੱਥੇ ਕਿਸਾਨਾਂ ਵੱਲੋਂ ਜੋ ਕਿਸਾਨ ਅੰਦੋਲਨ ਚਲਾਇਆ ਜਾ ਰਿਹਾ ਸੀ ਤੇ ਉਸ ਤੇ ਹਰਿਆਣਾ ਸਰਕਾਰ ਨੇ ਜਦੋਂ ਮਨੋਹਰ ਲਾਲ ਖੱਟਰ ਸੀਐਮ ਸੰਤ ਉਸ ਵੇਲੇ ਕਾਫੀ ਜ਼ਿਆਦਾ ਤਸ਼ੱਦਦ ਕਿਸਾਨਾਂ ਉੱਤੇ ਕੀਤਾ ਗਿਆ ਡਰੋਨਾਂ ਦੇ ਰਾਹੀਂ ਅਥਰੂ ਗੈਦੇ ਗੋਲੇ ਸੁੱਟੇ ਗਏ ਬੁਲਟ ਚਲਾਈ ਗਈਆਂ ਤੇ ਜਿਹਦੇ ਵਿੱਚ ਇੱਕ ਕਿਸਾਨ ਨੌਜਵਾਨ ਸੁਭਕਰਤ ਸਿੰਘ ਦੀ ਮੌਤ ਵੀ ਹੋਈ ਤੇ ਕਈ ਕਿਸਾਨ ਜ਼ਖਮੀ ਹੋਏ ਜਿਨ੍ਹਾਂ ਦੇ ਕਈ ਤਰ੍ਹਾਂ ਦੇ ਅੰਗ ਉਹ ਆਪਣੀ ਸਰੀਰਕ ਤੌਰ ਤੇ ਖੋ ਬੈਠੇ ਤਾਂ ਇਹ ਸਭ ਦੇ ਚੱਲਦੇ ਦੁਆਰਾ ਹੁਣ ਜੋ ਨਵੇਂ ਬਣੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਉਹਨਾਂ ਦੇ ਵੱਲੋਂ ਵੀ ਜਿਹੜੇ ਬਿਆਨ ਨੇ ਕੁਝ ਇਹੋ ਜਿਹੇ ਆਉਂਦੇ ਨੇ ਜਿਹੜੇ ਕਿ ਬਵਾਦ ਖੜਾ ਕਰ ਦਿੰਦੇ ਨੇ ਤਾਂ ਹਾਲੀ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਦੋ ਦਿਨਾਂ ਦੇ ਅੰਦਰ ਦੋ ਬਿਆਨ ਸੁਰਖੀਆਂ ਦੇ ਵਿੱਚ ਆ ਗਏ ਨੇ ਸ਼ੁੱਕਰਵਾਰ ਨੂੰ ਫਤਿਹਬਾਦ ਦੇ ਰਤਿਆ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਬਦਮਾਸ਼ ਕਹਿ ਦਿੱਤਾ ਇਸ ਤੋਂ ਬਾਅਦ ਫਰੀਦাবাদ ਦੇ ਵਿੱਚ ਪਾਰਟੀ ਦੇ ਸਥਾਪਨਾ ਦਿਵਸ ਦੇ ਪ੍ਰੋਗਰਾਮ 'ਚ ਉਹਨਾਂ ਨੇ ਸੂਪੇ ਦੇ ਅਪਰਾਧੀਆਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਫੋਨ ਤੇ ਧਮਕੀਆਂ ਦੇਣ ਵਾਲੇ ਅਤੇ ਪੈਸੇ ਮੰਗਣ ਵਾਲੇ ਬਦਮਾਸ਼ ਆਪਣੇ ਆਪ ਨੂੰ ਸੁਧਾਰ ਲਓ ਨਹੀਂ ਤਾਂ ਯੂਪੀ ਵਰਗਾ ਇਲਾਜ ਕਰਾਂਗੇ ਇਹ ਨਾਇਬ ਸਹਿਣੀ ਜੋ ਹਰਿਆਣਾ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਬਿਆਨ ਹੈ ਦਰਸਲ ਰਤਿਆ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਹਿਣੀ ਨੇ ਕਿਸਾਨਾਂ ਦੇ ਵਿਰੋਧ ਦੇ ਉੱਤੇ ਕਿਹਾ ਕਿ ਸਰਕਾਰ ਨੇ ਸਾਡੇ ਬੇਕਾਬੂ ਕਿਸਾਨਾਂ ਨਾਲ ਗੱਲ ਕਰਨ ਲਈ ਮੰਤਰੀਆਂ ਨੂੰ ਵੀ ਭੇਜਿਆ ਤੇ ਹੁਣ ਵੀ ਸਰਕਾਰ ਉਹਨਾਂ ਨਾਲ ਗੱਲ ਕਰ ਰਹੀ ਹੈ ਤੇ ਸਰਕਾਰ ਕਿਸਾਨਾਂ ਦੀ ਸ਼ੁਭਚਿੰਤਕ ਹੈ ਦੁਸ਼ਮਣ ਨਹੀਂ ਇਸੇ ਤਰ੍ਹਾਂ ਫਰੀਦাবাদ ਦੇ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਨਾਇਬ ਸੈਣੀ ਨੇ ਕਿ ਹਰਿਆਣਾ ਚ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੂੰ ਫੋਨ ਉਤੇ ਧਮਕੀਆਂ ਦੇਣ ਵਾਲਿਆਂ ਨੂੰ ਸੁਧਰਨ ਦੀ ਅਪੀਲ ਉਹਨਾਂ ਨੇ ਕੀਤੀ ਹੈ ਯਾ ਇਹ ਲਈ ਇੱਕ ਸੁਧਰਨ ਦੀ ਲੋੜ ਹੈ ਨਹੀਂ ਤਾਂ ਇਹ ਸੁਧਾਰ ਅਸੀਂ ਹੀ ਕਰਾਂਗੇ ਹੋਰ ਕੋਈ ਨਹੀਂ ਕਰੇਗਾ ਮੈਂ ਇਸ ਪਲੇਟਫਾਰਮ ਤੋਂ ਕਹਿ ਰਿਹਾ ਇਹੋ ਜਿਹੇ ਬਿਆਨ ਜਿਹੜੇ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਐ ਕਹਿ ਲਓ ਕਿ ਇੱਕ ਬਦਮਾਸ਼ੀ ਵਾਲਾ ਟਾਈਮ ਜਾਂ ਫਿਰ ਕਹਿ ਲਓ ਕਿ ਗੁੰਡਾਗਰਦੀ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਉਹਨਾਂ ਨੇ ਇਸ ਪੱਖ ਤੋਂ ਦਿੱਤੀ ਹੈ ਤੇ ਦੂਜੇ ਪਾਸੇ ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਹਰਿਆਣਾ ਦੇ ਕਨਵੀਨਰ ਮਨਦੀਪ ਸਿੰਘ ਨੱਥਵਾਨ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਤਿਆ ਦੀ ਅਨਾਜ ਮੰਡੀ ਦੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨ ਆਏ ਸੀ ਤੇ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸਟੇਅਰ ਤੋਂ ਹੇਠਾਂ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਸਾਨਾਂ ਨੂੰ ਬਦਮਾਸ਼ ਕਿਹਾ ਇਹ ਦੇਸ਼ ਦੇ ਅੰਨਦਾਤਾ ਦਾ અપਮਾਨ ਹੈ ਇਸ ਕਾਰਨ ਜਿੱਥੇ ਕਿਸਾਨਾਂ ਵਿੱਚ ਰੋਸ ਹੈ ਉੱਥੇ ਹੀ ਦੇਸ਼ ਤੇ ਸੂਬੇ ਦੇ ਕਿਸਾਨਾਂ ਦੀਆਂ ਪਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ ਕਿਸਾਨ ਆਗੂ ਮਨਦੀਪ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਇਸ ਲਈ ਸਿਟੀ ਥਾਣਾ ਇੰਚਾਰਜ ਨੂੰ ਮੁੱਖ ਮੰਤਰੀ ਕੋਲ ਭੇਜਿਆ ਜਾਵੇ ਤੇ ਕਿਸਾਨਾਂ ਪ੍ਰਤੀ ਅਜਿਹੇ ਸ਼ਬਦ ਵਰਤਣ ਵਾਲੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਸਿਟੀ ਥਾਣਾ ਇੰਚਾਰਜ ਨੂੰ ਸ਼ਿਕਾਇਤ ਦਿੱਤੀ ਗਈ ਹੈ ਜੇਕਰ ਕਾਰਵਾਈ ਨਾ ਹੋਈ ਤਾਂ ਕਿਸਾਨ ਧਰਦਾ ਦੇ ਲਈ ਮਜਬੂਰ ਹੋਣਗੇ ਇਹ ਕਿਸਾਨਾਂ ਨੇ ਕਿਹਾ ਮਨਦੀਪ ਸਿੰਘ ਨਤਵਾਨ ਨੇ ਇਹ ਚੀਜ਼ ਦਾ ਬਿਆਨ ਦਿੱਤਾ ਤਾਂ ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਦੇ ਕਿਸਾਨ ਭਾਜਪਾ ਨੇਤਾਵਾਂ ਤੋਂ ਨਾਰਾਜ਼ ਨੇ ਪਹਿਲਾਂ ਹੀ ਨਾਰਾਜ਼ ਨੇ ਕਿਉਂਕਿ ਮਨੋਹ ਲਾਲ ਖੱਤਰ ਦੀ ਸਰਕਾਰ ਦੇ ਵਿਲੇ ਉਹ ਭਾਜਪਾ ਦੀ ਸਰਕਾਰ ਸੀ ਤਾਂ ਜਿਸ ਦੇ ਵਿੱਚ ਕਿਸਾਨਾਂ ਦੇ ਉੱਤੇ ਕਾਫੀ ਤਸ਼ੱਦਦ ਕੀਤਾ ਗਿਆ ਜਿਸ ਦੇ ਵਿੱਚ ਕਈ ਕਿਸਾਨ ਜ਼ਖਮੀ ਹੋਏ ਨੇ ਤਾਂ ਇਸ ਕਰਕੇ ਕਿਸਾਨਾਂ ਦੇ ਅੰਦਰ ਉਹਨਾਂ ਦੇ ਪ੍ਰਤੀ ਵੀਰੂ ਹੈ ਤੇ ਭਾਜਪਾ ਦੇ ਪ੍ਰਤੀ ਪਹਿਲਾਂ ਹੀ ਰੋਹ ਚੱਲ ਰਿਹਾ ਹੈ ਤੇ ਹੁਣ ਇਸ ਬਿਆਨ ਦੇ ਨਾਲ ਹੋਰ ਵੀ ਜਿਹੜਾ ਰੋਹ ਅੰਦਰ ਜਾਗ ਪਿਆ ਹੈ। ਐਥਲੀ ਚੋਣ ਪ੍ਰਚਾਰ ਜਾਂ ਹੋਰ ਪ੍ਰੋਗਰਾਮਾਂ ਲਈ ਵੱਖ-ਵੱਖ ਖੇਤਰਾਂ ਵਿੱਚ ਪਹੁੰਚਣ ਵਾਲੇ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਨੇ। ਹਾਲੀ ਦੇ ਵਿੱਚ ਇੱਕ ਪ੍ਰੋਗਰਾਮ ਲਈ ਹਸਾਰ ਪਹੁੰਚੇ ਸੀ ਭਾਜਪਾ ਲੋਕ ਸਭਾ ਉਮੀਦਵਾਰ ਰਣਜੀਤ ਚਟਾਲਾ। ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਹੜਾ ਕਿ ਕਾਫੀ ਵਿਰੋਧ ਹੋਇਆ। ਇਸ ਦੇ ਨਾਲ ਹੀ ਰੋहतक ਦੇ ਵਿੱਚ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੂੰ ਕਾਲੇ ਝੰਡੇ ਦਿਖਾਏ ਗਏ। ਲੋਕਾਂ ਨੇ ਸੋਨੀਪੱਤੋ ਭਾਜਪਾ ਦੇ ਲੋਕ ਸਭਾ ਉਮੀਦਵਾਰ ਮੋਹਨ ਬਡੋਲੀ ਦੇ ਖਿਲਾਫ ਵੀ ਗੁੱਸਾ ਜ਼ਾਹਰ ਕੀਤਾ ਤੇ ਹੁਣ ਕਿਸਾਨ ਜਥੇਬੰਦੀਆਂ ਯਾ ਕਹਿ ਲਈਏ ਕਿ ਕਿਸਾਨਾਂ ਦੇ ਵੱਲੋਂ ਭਾਜਪਾ ਨਿਤਾਵਾਂ ਨੂੰ ਜਿੰਨੇ ਵੀ ਲੋਕ ਸਭਾ ਦੇ ਵਿੱਚ ਖੜੇ ਹੋਏ ਨੇ ਉਹਨਾਂ ਦਾ ਬਿਲਕੁਲ ਰੋਸ ਕਰਕੇ ਬਾਈਕਾਟ ਕੀਤਾ ਜਾ ਰਿਹਾ ਤੇ ਪੰਜਾਬ ਦੀ ਵੀ ਇਹ ਗੱਲ ਕਰ ਲਈ ਤਾਂ ਪੰਜਾਬ ਦੇ ਵਿੱਚ ਵੀ ਹਾਲੀ ਦੇ ਵਿੱਚ ਫਰੀਦਕੋਟ ਦੇ ਵਿੱਚ ਆ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ ਜੋ ਲੋਕ ਸਭਾ ਸੀਟ ਤੋਂ ਉਮੀਦਵਾਰ ਨੇ ਫਰੀਦਕੋਟ ਦੇ ਵਿੱਚ ਉਹਨਾਂ ਨੂੰ ਵੀ ਕਾਲੀਆ ਛੰਡੀਆਂ ਦਿਖਾ ਕੇ ਉਹਨਾਂ ਦਾ ਜਿਹੜਾ ਰੋਸ ਤੇ ਉਹਨਾਂ ਦਾ ਬਾਈਕਾਟ ਕਰਨ ਦੀ ਗੱਲ ਕਹੀ ਗਈ ਹੈ